ਕੀ ਤੁਸੀਂ ਜਾਣਦੇ ਹੋ ਮਰਸੀਡੀਜ਼ ਬੈਂਜ਼ ਕਾਰ ਆਪਣੇ ਕਾਰ ਦੀਆਂ ਹੈੱਡਲਾਈਟਾਂ ਦੀ ਪਾਵਰ ਦਿਖਾਉਣ ਦੇ ਲਈ ਕੁਝ ਇਸ ਤਰ੍ਹਾਂ ਦੇ ਨਾਲ ਮਸ਼ਹੂਰੀ ਕਰਦੀ ਹੈ। ਇੱਕ ਫੋਟੋਗ੍ਰਾਫਰ ਨੇ ਡਰੈਗਨ ਲੈਜ਼ਰ ਦੀ ਫੋਟੋ ਨੂੰ ਕੁਝ ਇਸ ਤਰ੍ਹਾਂ ਦੇ ਨਾਲ ਖਿੱਚਿਆ ਜਿਸ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਲੈਜ਼ਰ ਜਿਵੇਂ ਇੱਕ ਪੱਤੇ ਦੀ ਬਣੀ ਹੋਈ ਗਿਟਾਰ ਨੂੰ ਵਜਾ ਰਿਹਾ ਹੈ। ਕੀ ਤੁਹਾਨੂੰ ਪਤਾ ਹੈ ਕਿ ਭਾਰਤ ਦਾ ਉਹ ਆਖਰੀ ਪੁਆਇੰਟ ਕਿਹੜਾ ਹੈ ਜਿੱਥੇ ਜਾ ਕੇ ਸਾਰੇ ਰੋਡ ਖਤਮ ਹੋ ਜਾਂਦੇ ਨੇ? ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਜਹਾਜ਼ ਨੂੰ ਚਾਬੀ ਲੱਗਦੀ ਹੈ? ਅਜਿਹੀ ਰੋਚਕ ਤੱਥ ਜਾਣਨ ਲਈ ਜੁੜੇ ਰਹੋ ਮੇਰੇ ਨਾਲ। ਮੈਂ ਹਾਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਜੋ ਟੀਵੀ। ਕ੍ਰਿਕਟ ਦੇ ਮੈਚ ਦੇ ਵਿੱਚ ਸਟੰਪ ਦੇ ਉੱਪਰ ਇਹ ਜਿਹੜੀਆਂ ਗੁੱਲੀਆਂ ਜਾਨੀ ਕਿ ਵੇਲਸ ਹੁੰਦੀਆਂ ਨੇ, ਤੁਹਾਡੇ ਹਿਸਾਬ ਦੇ ਨਾਲ ਇਹਨਾਂ ਦਾ ਰੇਟ ਕਿੰਨਾ ਹੁੰਦਾ ਹੋਵੇਗਾ? ਆਪਾਂ ਇਹਨਾਂ ਨੂੰ ਦੇਖ ਕੇ ਕਹਾਂਗੇ ਕਿ ਇਹ ਜ਼ਿਆਦਾ ਤੋਂ ਜ਼ਿਆਦਾ 5 ਤੋਂ 10 ਹਜ਼ਾਰ ਦੀਆਂ ਹੋਣਗੀਆਂ, ਪਰ ਇਹਨਾਂ ਦਾ ਅਸਲ ਦੇ ਵਿੱਚ ਰੇਟ 1,35,000 ਹੁੰਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਈਮੇਲ ਦੀ ਕਾਢ ਕਿਸ ਨੇ ਕੱਢੀ ਸੀ? ਆਪਣੇ ਵਿੱਚੋਂ ਜ਼ਿਆਦਾਤਰ ਲੋਕ ਇਹੀ ਕਹਿਣਗੇ ਕਿ ਉਹ ਕੋਈ ਅਮਰੀਕੀ ਹੋਵੇਗਾ, ਪਰ ਇੱਥੇ ਅਸੀਂ ਗਲਤ ਹਾਂ ਕਿਉਂਕਿ ਈਮੇਲ ਦਾ ਇਨਵੈਂਸ਼ਨ ਇੱਕ ਇੰਡੀਅਨ ਬੱਚੇ ਨੇ ਕੀਤਾ ਸੀ 1978 ਦੇ ਵਿੱਚ, ਜਦੋਂ ਉਸ ਦੀ ਉਮਰ ਸਿਰਫ 14 ਸਾਲ ਸੀ। ਇਸ ਬੱਚੇ ਦਾ ਨਾਮ ਸੀ ਸ਼ਿਵਾ ਆਈ ਦੁਆਈ। WWE ਬਾਰੇ ਤਾਂ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ, ਜਿਹੜੀ ਕਿ ਦੁਨੀਆ ਦੀ ਸਭ ਤੋਂ ਪਾਪੂਲਰ ਗੇਮਾਂ ਦੇ ਵਿੱਚੋਂ ਇੱਕ ਹੈ। ਪਰ ਕੀ ਤੁਸੀਂ ਇਹ ਜਾਣਦੇ ਹੋ ਡੋਨਲਡ ਟਰੰਪ, ਜੋ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ, ਉਹ WWE ਦੇ ਹਾਲ ਆਫ ਫੇਮ ਦੇ ਵੀ ਮੈਂਬਰ ਨੇ? ਅੱਜ ਦੇ ਸਮੇਂ ਦੀ ਦੁਨੀਆ ਦੀ ਸਭ ਤੋਂ ਤੇਜ਼ ਕਾਰ ਬੁਗਾਟੀ ਬਰੋਨ ਸੁਪਰ ਸਪੋਰਟਸ ਕਾਰ ਹੈ। ਇਸ ਦੀ ਸਪੀਡ 273 ਮੀਲ ਪ੍ਰਤੀ ਘੰਟਾ ਤੱਕ ਪਹੁੰਚ ਜਾਂਦੀ ਹੈ। ਪਰ ਕੀ ਤੁਹਾਨੂੰ ਪਤਾ ਹੈ, ਜਿਸ ਸਮੇਂ ਕਾਰਾਂ ਦੀਆਂ ਰੇਸਾਂ ਸ਼ੁਰੂ ਹੋਣ ਲੱਗੀਆਂ ਸੀ, ਯਾਨੀ ਕਿ 1895 ਦੇ ਵਿੱਚ, ਉਦੋਂ ਦੁਨੀਆ ਦੀ ਪਹਿਲੀ ਆਟੋਮੋਬਾਈਲ ਰੇਸ ਹੋਈ ਸੀ, ਤੇ ਉਸ ਰੇਸ ਦੇ ਵਿੱਚ ਸਭ ਤੋਂ ਤੇਜ਼ ਜੋ ਚੱਲਣ ਵਾਲੀ ਕਾਰ ਸੀ, ਉਸ ਦੀ ਸਪੀਡ ਸੀ 15 ਮੀਲ ਪ੍ਰਤੀ ਘੰਟਾ। ਰੋਇਲ ਇਨਫੀਲਡ ਦੇ ਬੁਲਟ ਮੋਟਰਸਾਈਕਲ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ। ਰੋਇਲ ਇਨਫੀਲਡ ਕੰਪਨੀ ਬਾਰੇ ਇੱਕ ਰੋਚਕ ਤੱਥ ਇਹ ਵੀ ਹੈ ਕਿ ਰੋਇਲ ਇਨਫੀਲਡ ਕੰਪਨੀ ਦੇ ਜਿੰਨੇ ਵੀ ਬੁਲਟ ਮੋਟਰਸਾਈਕਲ ਨੇ, ਉਹਨਾਂ ਦੇ ਤੇਲ ਵਾਲੇ ਟੈਂਕ ਯਾਨੀ ਕਿ ਫਿਊਲ ਟੈਂਕ, ਉਹਨਾਂ ਸਾਰਿਆਂ ਨੂੰ ਸਿਰਫ ਇੱਕ ਹੱਥ ਦੇ ਨਾਲ ਹੀ ਪੇਂਟ ਕੀਤਾ ਗਿਆ ਹੈ। ਅੱਜ ਤੱਕ ਰੋਇਲ ਇਨਫੀਲਡ ਦੇ ਸਾਰੇ ਬੁਲਟ ਮੋਟਰਸਾਈਕਲਾਂ ਦੇ ਫਿਊਲ ਟੈਂਕ ਯਾਨੀ ਕਿ ਤੇਲ ਵਾਲੀਆਂ ਟੈਂਕੀਆਂ ਨੂੰ 2 ਚੇਨਈ ਦੇ ਕਾਰੀਗਰ ਹੀ ਪੇਂਟ ਕਰਦੇ ਨੇ। ਕੀ ਤੁਹਾਨੂੰ ਪਤਾ ਹੈ, ਜਿਵੇਂ ਕਿ ਛੋਟੇ ਜੀਵ ਮੱਖੀ, ਮੱਛਰ ਤੇ ਹਮਿੰਗ ਬਰਡ, ਇਹਨਾਂ ਸਾਰਿਆਂ ਨੂੰ ਟਾਈਮ ਸਲੋ ਮੋਸ਼ਨ ਦੇ ਵਿੱਚ ਚੱਲਦਾ ਦਿਸਦਾ ਹੈ। ਇਸ ਕਾਰਨ ਕਰਕੇ ਹੀ ਜਦੋਂ ਤੁਸੀਂ ਇਹਨਾਂ ਮੱਖੀ ਜਾਂ ਮੱਛਰ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਜ਼ਿਆਦਾਤਰ ਸਮੇਂ ਇਹ ਤੁਹਾਡੇ ਤੋਂ ਬਚ ਜਾਂਦੇ ਨੇ। ਸਾਡਾ ਦਿਮਾਗ ਇੱਕ ਅਜਿਹੀ ਭੇਦ ਭਰੀ ਚੀਜ਼ ਹੈ ਜਿਸ ਨੂੰ ਅੱਜ ਤੱਕ ਸਾਇੰਟਿਸਟ ਵੀ ਚੰਗੀ ਤਰ੍ਹਾਂ ਨਾਲ ਨਹੀਂ ਸਮਝ ਸਕੇ, ਕਿਉਂਕਿ ਜਦੋਂ ਇਨਸਾਨ ਸੁੱਤਾ ਪਿਆ ਹੁੰਦਾ ਹੈ ਉਸ ਟਾਈਮ ਵੀ ਉਸਦਾ ਦਿਮਾਗ ਕੰਮ ਕਰ ਰਿਹਾ ਹੁੰਦਾ ਹੈ। ਉਹ ਉਹਨਾਂ ਸਾਰੇ ਸ਼ਬਦਾਂ ਨੂੰ ਆਸਾਨੀ ਦੇ ਨਾਲ ਸਮਝ ਸਕਦਾ ਹੈ ਜਿਹੜੇ ਕਿ ਉਸਦੇ ਸੁੱਤੇ ਪਏ ਦੇ ਆਲੇ ਦੁਆਲੇ ਬੋਲੇ ਜਾਂਦੇ ਨੇ। ਜਦੋਂ ਕੋਈ ਫਿਲਮ ਸ਼ੁਰੂ ਜਾਂ ਖਤਮ ਹੁੰਦੀ ਹੈ, ਤੁਸੀਂ ਉਸ ਦੇ ਵਿੱਚ ਇਹ ਲਿਖਿਆ ਜ਼ਰੂਰ ਪੜਿਆ ਹੋਵੇਗਾ, ਨੋ ਐਨੀਮਲ ਵਾਸ ਹਾਰਮਡ ਇਨ ਐਨੀ ਡੂਰਿੰਗ ਦਾ ਮੇਕਿੰਗ ਆਫ ਦਾ ਫਿਲਮ, ਮਤਲਬ ਕਿ ਇਸ ਫਿਲਮ ਨੂੰ ਬਣਾਉਂਦੇ ਸਮੇਂ ਕਿਸੇ ਵੀ ਤਰ੍ਹਾਂ ਦੇ ਨਾਲ ਜਾਨਵਰਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ। ਪਰ ਹੈਰੀ ਪੋਟਰ ਤੇ ਗੋਬਲਿਨ ਆਫ ਫਾਇਰ ਮੂਵੀ ਦੇ ਲਾਸਟ ਦੇ ਵਿੱਚ ਇਹ ਲਿਖਿਆ ਆਉਂਦਾ ਹੈ, ਨੋ ਡਰੈਗਨ ਹਾਰਮਡ ਮੇਕਿੰਗ ਆਫ ਦਿਸ ਮੂਵੀ, ਮਤਲਬ ਕਿ ਇਹ ਫਿਲਮ ਬਣਾਉਂਦੇ ਸਮੇਂ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੇ ਨਾਲ ਡਰੈਗਨ ਨੂੰ ਨੁਕਸਾਨ ਨਹੀਂ ਪਹੁੰਚਾਇਆ। ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਡਰੈਗਨ ਤਾਂ ਇਸ ਦੁਨੀਆ ਦੇ ਵਿੱਚ ਹੈ ਹੀ ਨਹੀਂ, ਤਾਂ ਫਿਰ ਉਹਨਾਂ ਨੇ ਅਜਿਹਾ ਕਿਉਂ ਲਿਖਿਆ? ਆਸਟ੍ਰੇਲੀਆ ਜਿਹੜਾ ਕਿ ਖਤਰਨਾਕ ਜਾਨਵਰਾਂ ਦਾ ਘਰ ਮੰਨਿਆ ਜਾਂਦਾ ਹੈ, ਉੱਥੇ ਰਹਿਣ ਵਾਲੇ ਜੀਵਾਂ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਤੁਹਾਨੂੰ ਇਸ ਗੱਲ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਹੋਵੇਗਾ ਕਿ ਆਸਟ੍ਰੇਲੀਆ ਦੇ ਵਿੱਚ ਅਜਿਹੀਆਂ ਵੀ ਮੱਕੜੀਆਂ ਨੇ ਜਿਹੜੀਆਂ ਕਿ ਇੱਕ ਸੱਪ ਨੂੰ ਵੀ ਮਾਰ ਕੇ ਖਾ ਜਾਂਦੀਆਂ ਨੇ। ਔਸਕਰ ਇਸ ਅਵਾਰਡ ਬਾਰੇ ਤਾਂ ਤੁਸੀਂ ਜ਼ਰੂਰ ਸੁਣਿਆ ਹੋਵੇਗਾ, ਕਿਉਂਕਿ ਇਹ ਫਿਲਮੀ ਦੁਨੀਆ ਦਾ ਸਭ ਤੋਂ ਵੱਡਾ ਅਵਾਰਡ ਹੈ। ਪਰ ਕੀ ਤੁਸੀਂ ਇਹ ਜਾਣਦੇ ਹੋ, ਜੇਕਰ ਕੋਈ ਔਸਕਰ ਦੇ ਲਈ ਨੋਮੀਨੇਟ ਹੀ ਹੋ ਜਾਂਦਾ ਹੈ, ਭਾਵੇਂ ਕਿ ਉਸ ਨੂੰ ਚਾਹੇ ਔਸਕਰ ਅਵਾਰਡ ਬਾਅਦ ਦੇ ਵਿੱਚ ਨਾ ਵੀ ਮਿਲੇ, ਤਾਂ ਵੀ ਉਸ ਨੂੰ$50,000 ਦਾ ਇਨਾਮ ਮਿਲਦਾ ਹੈ, ਜਿਹੜੇ ਕਿ ਇੰਡੀਆ ਦੇ 37 ਲੱਖ ਬਣਦੇ ਨੇ। ਰੋਲਰ ਕੋਸਟਰ ਤੁਸੀਂ ਜ਼ਰੂਰ ਦੇਖੀ ਹੋਵੇਗੀ ਤੇ ਇਸ ਦੇ ਵਿੱਚ ਤੁਸੀਂ ਰਾਈਡ ਵੀ ਜ਼ਰੂਰ ਕੀਤਾ ਹੋਵੇਗਾ, ਪਰ ਜੇਕਰ ਕਿਸੇ ਦੀ ਕਿਡਨੀ ਦੇ ਵਿੱਚ ਪੱਥਰੀ ਹੈ ਤੇ ਉਹ ਰੋਲਰ ਕੋਸਟਰ ਦੇ ਉੱਪਰ ਬਹੁਤ ਜ਼ਿਆਦਾ ਰਾਈਡ ਕਰਦਾ ਹੈ ਤਾਂ ਉਸ ਦੀ ਪੱਥਰੀ ਆਪਣੇ ਆਪ ਠੀਕ ਹੋ ਜਾਵੇਗੀ। ਮਲੇਸ਼ੀਆ ਤੇ ਥਾਈਲੈਂਡ ਦੇ ਵਿੱਚ ਬਾਂਦਰਾਂ ਨੂੰ ਕੁਝ ਇਸ ਤਰ੍ਹਾਂ ਦੇ ਨਾਲ ਟ੍ਰੇਨਡ ਕੀਤਾ ਜਾਂਦਾ ਹੈ ਕਿ ਉਹ ਉੱਥੋਂ ਦੇ ਕਿਸਾਨਾਂ ਦੇ ਨਾਰੀਅਲ ਦੇ ਦਰਖਤ ਦੇ ਉੱਪਰ ਚੜ੍ਹ ਕੇ ਉਹਨਾਂ ਦੇ ਵਿੱਚੋਂ ਜੋ ਤਿਆਰ ਨਾਰੀਅਲ ਨੇ ਉਸ ਨੂੰ ਦੇਖ ਕੇ ਥੱਲੇ ਤੋੜ ਕੇ ਸੁੱਟ ਦਿੰਦੇ ਨੇ। ਜੇਕਰ ਤੁਹਾਡਾ ਖੂਨ ਪਾਣੀ ਦੇ ਵਿੱਚ ਡਿੱਗ ਪਵੇ ਤਾਂ ਤੁਸੀਂ ਇੱਕ ਚੌਲਾਂ ਦੇ ਨਾਲ ਭਰੇ ਹੋਏ ਬਰਤਨ ਦੇ ਵਿੱਚ ਆਪਣੇ ਖੂਨ ਨੂੰ ਰੱਖ ਦਵੋ, ਕਿਉਂਕਿ ਰਾਈਸ ਖੂਨ ਦੇ ਸਾਰੇ ਪਾਣੀ ਨੂੰ ਆਪਣੇ ਅੰਦਰ ਅਬਜ਼ਰਵ ਕਰ ਲੈਂਦੇ ਨੇ, ਇਸ ਲਈ ਤੁਹਾਡੇ ਖੂਨ ਦਾ ਬਚਾਅ ਹੋ ਜਾਵੇਗਾ। ਇਸਤਾਨਬੁਲ ਦੇ ਵਿੱਚ ਸਰਦੀਆਂ ਦੇ ਸਮੇਂ ਦੇ ਵਿੱਚ ਉੱਥੋਂ ਦੇ ਕੁੱਤਿਆਂ ਨੂੰ ਮਾਲ ਦੇ ਅੰਦਰ ਜਾ ਕੇ ਰਹਿਣ ਅਤੇ ਸੌਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ ਤਾਂ ਕਿ ਉਹ ਠੰਡ ਤੋਂ ਬਚ ਸਕਣ, ਤੇ ਮਾਲ ਦੇ ਅੰਦਰ ਉਹਨਾਂ ਦੇ ਲਈ ਖਾਣੇ ਅਤੇ ਸੌਣ ਦੇ ਲਈ ਚਾਦਰਾਂ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਹੈ। ਤੁਹਾਨੂੰ ਕੀ ਲੱਗਦਾ ਹੈ ਇਹ ਕਿਸ ਚੀਜ਼ ਦੀ ਫੋਟੋ ਹੈ? ਤੁਸੀਂ ਇਹ ਸੁਣ ਕੇ ਹੈਰਾਨ ਰਹਿ ਜਾਓਗੇ, ਇਹ ਇੱਕ ਪੇਪਰ ਯਾਨੀ ਕਿ ਕਾਗਜ਼ ਦੀ ਫੋਟੋ ਹੈ ਜਿਸ ਨੂੰ ਮਾਈਕਰੋਸਕੋਪ ਦੇ ਨਾਲ ਖਿੱਚਿਆ ਗਿਆ ਹੈ। ਕੀ ਤੁਸੀਂ ਜਾਣਦੇ ਹੋ ਭਾਰਤ ਦਾ ਉਹ ਆਖਰੀ ਪੁਆਇੰਟ ਕਿਹੜਾ ਹੈ ਜਿੱਥੇ ਜਾ ਕੇ ਸਾਰੇ ਰਸਤੇ ਖਤਮ ਹੋ ਜਾਂਦੇ ਨੇ ਤੇ ਉਸ ਤੋਂ ਅੱਗੇ ਕੋਈ ਵੀ ਚੀਜ਼ ਨਹੀਂ ਜਾਂਦੀ ਬਿਨਾਂ ਸ਼ਿਪ ਤੋਂ? ਇਸ ਪੁਆਇੰਟ ਦਾ ਨਾਮ ਹੈ ਧਨੁਸ਼ਕੋਟੀ, ਜਿਹੜਾ ਕਿ ਤਾਮਿਲਨਾਡੂ ਦੇ ਵਿੱਚ ਸਥਿਤ ਹੈ। ਇਸ ਨੂੰ ਐਂਡ ਪਾਰਟ ਆਫ ਇੰਡੀਆ ਵੀ ਕਿਹਾ ਜਾਂਦਾ ਹੈ।
ਹੁਣ ਤੁਹਾਨੂੰ ਦੱਸਦੇ ਹਾਂ ਕਿ ਜਹਾਜ਼ ਨੂੰ ਚਾਬੀ ਲੱਗਦੀ ਹੈ ਜਾਂ ਨਹੀਂ। ਇਹ ਅਸਲ ਦੇ ਵਿੱਚ ਐਰੋਪਲੇਨ ਦੇ ਉੱਪਰ ਹੀ ਡਿਪੈਂਡ ਕਰਦਾ ਹੈ। ਕੁਝ ਐਰੋਪਲੇਨ ਨੂੰ ਚਾਬੀ ਲੱਗਦੀ ਹੈ ਤੇ ਕੁਝ ਨੂੰ ਨਹੀਂ ਲੱਗਦੀ। ਇਹਨਾਂ ਦੇ ਵਿੱਚ ਜ਼ਿਆਦਾਤਰ ਛੋਟੇ ਪਲੇਨ ਸ਼ਾਮਲ ਹੁੰਦੇ ਨੇ ਜਿਨ੍ਹਾਂ ਨੂੰ ਚਾਬੀ ਲੱਗਦੀ ਹੈ, ਕਿਉਂਕਿ ਉਹ ਅਨਕੰਟਰੋਲਡ ਏਰੀਆ ਜਾਂ ਆਪਾਂ ਕਹਿ ਸਕਦੇ ਹਾਂ ਕਿ ਖੁੱਲੇ ਦੇ ਵਿੱਚ ਪਾਰਕ ਕੀਤੇ ਜਾਂਦੇ ਨੇ। ਉਸ ਟਾਈਮ ਕੋਈ ਅਣਜਾਣ ਆਦਮੀ ਜਹਾਜ਼ ਦੇ ਕੋਕਪਿਟ ਦੇ ਵਿੱਚ ਐਂਟਰ ਨਾ ਹੋ ਸਕੇ, ਇਸ ਲਈ ਜ਼ਿਆਦਾਤਰ ਛੋਟੇ ਜੋ ਪਲੇਨ ਹੁੰਦੇ ਨੇ ਉਹਨਾਂ ਦੇ ਡੋਰ ਨੂੰ ਚਾਬੀ ਲੱਗਦੀ ਹੈ ਤੇ ਛੋਟੇ ਪਲੇਨ ਦੇ ਇੰਜਨ ਨੂੰ ਵੀ ਸਟਾਰਟ ਕਰਨ ਦੇ ਲਈ ਚਾਬੀ ਦੀ ਲੋੜ ਹੁੰਦੀ ਹੈ। ਜ਼ਿਆਦਾਤਰ ਜੋ ਪ੍ਰਾਈਵੇਟ ਪਲੇਨ ਹੁੰਦੇ ਨੇ ਮੋਸਟਲੀ ਉਹਨਾਂ ਦੇ ਡੋਰ ਨੂੰ ਵੀ ਚਾਬੀ ਲੱਗਦੀ ਹੈ ਤੇ ਕਮਰਸ਼ੀਅਲ ਏਅਰਲਾਈਨ ਦੇ ਡੋਰ ਖੋਲਣ ਦੇ ਲਈ ਜਾਂ ਇੰਜਨ ਨੂੰ ਆਨ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦੀ ਚਾਬੀ ਦੀ ਲੋੜ ਨਹੀਂ ਪੈਂਦੀ, ਕਿਉਂਕਿ ਇਹਨਾਂ ਸਾਰੇ ਪਲੇਨਾਂ ਨੂੰ ਸੇਫ ਤੇ ਕੰਟਰੋਲ ਏਰੀਆ ਦੇ ਵਿੱਚ ਹੀ ਹਮੇਸ਼ਾ ਪਾਰਕ ਕੀਤਾ ਜਾਂਦਾ ਹੈ ਤੇ ਇਹਨਾਂ ਪਲੇਨਾਂ ਨੂੰ ਸਟਾਰਟ ਕਰਨ ਦੇ ਲਈ ਕਾਫੀ ਜ਼ਿਆਦਾ ਸਵਿਚਾਂ ਨੂੰ ਛੇੜਨਾ ਪੈਂਦਾ ਹੈ। ਇਸ ਲਈ ਕਮਰਸ਼ੀਅਲ ਪਲੇਨਾਂ ਦੇ ਵਿੱਚ ਇੰਜਨ ਸਟਾਰਟ ਕਰਨ ਦੇ ਲਈ ਕੋਈ ਵੀ ਚਾਬੀ ਨਹੀਂ ਹੁੰਦੀ। ਇਹ ਸਾਂਝੀ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਦੇ ਬਾਰੇ ਕੁਝ ਰੌਚਕ ਤੱਤ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ ਫੇਸਬੁੱਕ ਪੇਜ ਜੋਟੀ ਵੀ ਜ਼ਰੂਰ ਫੋਲੋ ਕਰਨਾ। ਧੰਨਵਾਦ।